ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਖਰੀਦੋਗੇ ਤਾਂ ਉਹਨੂੰ ਨਾ ਜਿਹੜਾ ਮੰਡੀ ਚ ਪਿਆ, ਜਿਹੜਾ ਮੰਡੀ ਚ ਨੇ ਉਹਦੀ ਕੀਮਤ ਕੀ ਪਾਓਗੇ। ਕਿ ਲੋਕਾਂ ਦੇ ਵਿਸ਼ਵਾਸ ਨੂੰ ਹੱਥੀ ਟੱਕੇ ਨਾ ਮਾਰੋ, ਲੋਕਾਂ ਦੇ ਵਿਸ਼ਵਾਸ ਨੂੰ ਹੱਥੀ ਟੱਕੇ ਨਾ ਮਾਰੋ। ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ। ਗਰੀਬ ਦਾ ਬਾਲ ਖਿਡੌਣੇ ਵਹਿੰਦਾ ਏ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਇਹਨਾਂ ਕੋਲ ਦੁਖੀਆਂ ਨੇ, ਦੋ ਨੇ, ਆ ਯੱਕੇ ਬੈਠੇ ਸਾਡੇ ਕੋਲ ਸਾਰੇ। ਸੋ ਇਹਨਾਂ ਨੂੰ ਮੂੰਹ ਨੂੰ ਲੱਗ ਗਿਆ ਇਹ ਕਿ ਅਸੀਂ ਤੋੜਾਂਗੇ। ਅਸੀਂ ਦਿੱਲੀ ਦੇ ਵਿੱਚ ਕੋਸ਼ਿਸ਼ ਕੀਤੀ ਤਿੰਨ ਵਾਰ, ਇੱਕ ਵਾਰ ਨਹੀਂ ਤਿੰਨ ਵਾਰ। ਪਹਿਲਾਂ ਜਦੋਂ 28 ਮੈਂਬਰੀ ਸਰਕਾਰ ਆਈ ਜਿਹੜੀ 59 ਦਿਨ ਚੱਲੀ, ਉਦੋਂ ਕੋਸ਼ਿਸ਼ ਕੀਤੀ, ਫਿਰ 2015 'ਚ ਕੋਸ਼ਿਸ਼ ਕੀਤੀ ਅਤੇ ਹੁਣ ਕੋਸ਼ਿਸ਼ ਕੀਤੀ, ਨਹੀਂ ਵਿਕਦੇ ਜੀ। ਕਿਉਂਕਿ ਸਪੀਕਰ ਸਾਹਿਬ, ਸਾਡੇ ਜਿਹੜੇ ਚੁਣਿੰਦਾ ਨੁਮਾਇੰਦੇ ਨੇ ਨਾ, ਉਹ ਕਿਸੇ ਪਾਰਟੀ 'ਚੋਂ ਕੱਢੇ ਵੱਢੇ ਛੱਡੇ ਨਹੀਂ ਹੈਗੇ। ਸਾਡੇ ਨੁਮਾਇੰਦੇ ਆਮ ਘਰਾਂ 'ਚ ਉੱਠ ਕੇ ਆਏ ਨੇ, ਇਹ ਮੰਡੀ 'ਚ ਅਵੇਲੇਬਲ ਹੀ ਹੈ ਨਹੀਂ, ਇਹਨਾਂ ਦੀ ਕੋਈ ਕੀਮਤ ਹੀ ਹੈ ਨਹੀਂ। ਖਰੀਦੋਗੇ ਤਾਂ ਉਹਨੂੰ ਨਾ ਜਿਹੜਾ ਮੰਡੀ 'ਚ ਪਿਆ, ਜਿਹੜਾ ਮੰਡੀ 'ਚ ਨੇ ਉਹਦੀ ਕੀਮਤ ਕੀ ਪਾਓਗੇ। ਕਿ ਲੋਕਾਂ ਦੇ ਵਿਸ਼ਵਾਸ ਨੂੰ ਹੱਥੀ ਟੱਕੇ ਨਾ ਮਾਰੋ, ਲੋਕਾਂ ਦੇ ਵਿਸ਼ਵਾਸ ਨੂੰ ਹੱਥੀ ਟੱਕੇ ਨਾ ਮਾਰੋ। ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ। ਗਰੀਬ ਦਾ ਬਾਲ ਖਿਡੌਣੇ ਵਹਿੰਦਾ ਏ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਇਹਨਾਂ ਕੋਲ ਦੁਖੀਆਂ ਨੇ, ਦੋ ਨੇ, ਆ ਯੱਕੇ ਬੈਠੇ ਸਾਡੇ ਕੋਲ ਸਾਰੇ। ਸੋ ਇਹਨਾਂ ਨੂੰ ਮੂੰਹ ਨੂੰ ਲੱਗ ਗਿਆ ਇਹ ਕਿ ਅਸੀਂ ਤੋੜਾਂਗੇ। ਅਸੀਂ ਦਿੱਲੀ ਦੇ ਵਿੱਚ ਕੋਸ਼ਿਸ਼ ਕੀਤੀ ਤਿੰਨ ਵਾਰ, ਇੱਕ ਵਾਰ ਨਹੀਂ ਤਿੰਨ ਵਾਰ। ਪਹਿਲਾਂ ਜਦੋਂ 28 ਮੈਂਬਰੀ ਸਰਕਾਰ ਆਈ ਜਿਹੜੀ 59 ਦਿਨ ਚੱਲੀ, ਉਦੋਂ ਕੋਸ਼ਿਸ਼ ਕੀਤੀ, ਫਿਰ 2015 'ਚ ਕੋਸ਼ਿਸ਼ ਕੀਤੀ ਅਤੇ ਹੁਣ ਕੋਸ਼ਿਸ਼ ਕੀਤੀ, ਨਹੀਂ ਵਿਕਦੇ ਜੀ। ਕਿਉਂਕਿ ਸਪੀਕਰ ਸਾਹਿਬ, ਸਾਡੇ ਜਿਹੜੇ ਚੁਣਿੰਦਾ ਨੁਮਾਇੰਦੇ ਨੇ ਨਾ, ਉਹ ਕਿਸੇ ਪਾਰਟੀ 'ਚੋਂ ਕੱਢੇ ਵੱਢੇ ਛੱਡੇ ਨਹੀਂ ਹੈਗੇ। ਸਾਡੇ ਨੁਮਾਇੰਦੇ ਆਮ ਘਰਾਂ 'ਚ ਉੱਠ ਕੇ ਆਏ ਨੇ, ਇਹ ਮੰਡੀ 'ਚ ਅਵੇਲੇਬਲ ਹੀ ਹੈ ਨਹੀਂ, ਇਹਨਾਂ ਦੀ ਕੋਈ ਕੀਮਤ ਹੀ ਹੈ ਨਹੀਂ। ਖਰੀਦੋਗੇ ਤਾਂ ਉਹਨੂੰ ਨਾ ਜਿਹੜਾ ਮੰਡੀ 'ਚ ਪਿਆ, ਜਿਹੜਾ ਮੰਡੀ 'ਚ ਨੇ ਉਹਦੀ ਕੀਮਤ ਕੀ ਪਾਓਗੇ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।